0870 608 5678 for the best programming and entertainment in. दोस्तों वेलकम बैक. आज असी गलबात कर रहे हैं सरदार दीदार सिंह परदेसी होर दे नाल, जिहड़े कौमांतरी प्रसिद्धि दे मालक हन बतौर एक सिंगर दे बतौर एक इंसान दे. परदेसी जी, मैनू कई बार वो सुरजीत पात्र जिहड़े तुहाडे कजन भी आ जी, उन्हां दा एक बड़ा प्यारा शेयर है माँ दे उत्ते, वह लिखिया मैनू याद आ जांदा. हाँ जी. जो विदेशां च रुलदे ने रोजी लई, वह जदों देश परतणगे अपने कदी, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ਜੀ. ਇਸੇ ਤਰ੍ਹਾਂ ਮੈਂ ਜਦ ਤੁਹਾਡਾ ਉਹ ਬਾਇਓਡਾਟ ਪੜ੍ਹ ਰਿਹਾ ਸੀ, ਉਹਦੇ ਵਿੱਚ ਮੈਂ ਨੋਟ ਕੀਤਾ ਕਿ ਤੁਹਾਡੀ ਮਾਂ ਬੜੇ ਛੋਟੇ ਹੁੰਦਿਆਂ ਗੁਜ਼ਰ ਗਈ ਸੀ, ਤੁਸੀਂ ਬੜੇ ਔਖੇ ਦੌਰ ਵਿੱਚ ਹੀ ਗੁਜ਼ਰੇ ਹੋਵੋਗੇ. ਸਾਥੀ ਜੀ, ਮੈਂ ਉਹ ਤੁਸੀਂ ਬੜੇ ਪੁਰਾਣੇ ਦਿਨ ਮੈਨੂੰ ਯਾਦ ਕਰਾਤੇ ਨੇ. ਯਾਨੀ ਕਿ ਮਾਂ ਦਾ ਪਿਆਰ, ਜਿਸ ਨੂੰ ਕਿ ਸਭ ਤੋਂ ਵੱਡਾ ਪਿਆਰ ਦੁਨੀਆਂ ਦਾ ਲੋਕ ਕਹਿੰਦੇ ਨੇ, ਉਸੇ ਪਿਆਰ ਤੋਂ ਇਸ ਜੀਵਨ ਦੇ ਵਿੱਚ ਪਰਮਾਤਮਾ ਨੇ ਮੈਨੂੰ ਵਾਂਝੇ ਰੱਖਿਆ. ਔਰ ਕਈ ਵਾਰੀ ਮੇਰਾ ਦਿਲ ਬੜਾ ਦੁਖਦਾ ਵੀ ਇਸ ਗੱਲੋਂ, ਔਰ ਮਾਂ ਦੇ ਪਿਆਰ ਉਸ ਨੂੰ ਮੈਂ ਪਾ ਨਹੀਂ ਸਕਿਆ, ਜਿਸ ਕਰਕੇ ਮੈਂ ਗੀਤ ਜਿੱਦਾਂ ਕਿ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਜਿਹੜਾ ਮੈਂ ਗਾਇਆ, ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ ਪਰਛਾਵਾਂ ਨਹੀਂ ਜਿੰਦੇ ਮੇਰੀ ਹੈ, ਜਿਹੜਾ ਗੀਤ ਕਿ ਪੰਜਾਬ ਦੇ ਵਿੱਚ ਇਸ ਵੇਲੇ ਮੇਰੀ ਪਹਿਚਾਣ ਬਣ ਗਿਆ. ਯਾਨੀ ਕਿ ਔਰ ਉਹਦੇ ਵਿੱਚ ਇੱਕੋ ਸ਼ੇਰ ਉਹਨਾਂ ਦਾ ਆਉਂਦਾ ਕਿ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ. ਉਸ ਸ਼ੇਰ ਨੂੰ ਮੈਂ ਜਦੋਂ ਪੜ੍ਹਿਆ ਤਾਂ ਮੇਰਾ ਦਿਲ ਤੜਫ ਉੱਠਿਆ, ਔਰ ਉਸ ਕਰਕੇ ਮੈਂ ਉਸ ਗੀਤ ਨੂੰ ਬੜੇ ਹੀ ਆਪਣੇ ਦਿਲ ਨਾਲ ਉਸਨੂੰ ਪੇਸ਼ ਕੀਤਾ, ਔਰ ਉਹ ਗੀਤ ਇਸ ਵੇਲੇ ਪੰਜਾਬ ਵਿੱਚ ਮੇਰੀ ਪਹਿਚਾਣ ਬਣ ਗਿਆ, ਹਰ ਇੱਕ ਬੰਦਾ ਉਸਨੂੰ. ਇਹ ਜਿਹੜਾ ਮਾਂ ਦਾ ਪਿਆਰ ਹੈ, ਤੁਸੀਂ ਬੜਾ ਵਜਾ ਫਰਮਾਇਆ ਕਿ ਇਹ ਦੁਰਲੱਭ ਹੈ ਜੀ, ਸੈਕਿੰਡ ਟੂ ਗੋਡ ਆਈ ਸ਼ੁਡ ਸੇ ਜੀ, ਕਿ ਮਾਂ ਜਿਹਾ ਕਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਏ. ਹਾਂਜੀ ਹਾਂਜੀ. ਲੈ ਕੇ ਇਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ. ਬਿਲਕੁਲ. ਹਾਂਜੀ, ਇਹ ਪ੍ਰੋਫੈਸਰ ਮੋਹਨ ਸਿੰਘ ਦਾ ਇਹ ਜਿਹੜਾ ਕਥਨ ਹੈ, ਬੜਾ ਲਾਸਾਨੀ ਕਥਨ ਹੈ. ਔਰ ਪ੍ਰੋਫੈਸਰ ਮੋਹਨ ਸਿੰਘ ਦਾ ਤੁਸੀਂ ਗਾਇਆ ਅੰਬੀ ਦਾ ਬੂਟਾ. ਅੰਬੀ ਦਾ ਬੂਟਾ, ਹੁਣ ਦੇਖੋ. ਔਰ ਉਹ ਤੁਸੀਂ ਪਹਿਚਾਣ ਦੀ ਗੱਲ ਕੀਤੀ ਸੀ ਨਾ ਪਹਿਲਾਂ, ਸ਼ਿਵ ਕੁਮਾਰ ਬਟਾਲਵੀ ਦਾ ਰਾਤ ਚਾਨਣੀ ਮੈਂ ਟੁਰਾਂ ਮੇਰੇ ਨਾਲ ਟੁਰੇ ਪਰਛਾਵਾਂ. ਮੇਰੇ ਖਿਆਲ ਤੁਹਾਡੀ ਇਹਦੇ ਨਾਲ ਵੀ ਵੱਡੀ ਪਛਾਣ ਮੇਰੀ ਅੰਬੀ ਦੇ ਬੂਟੇ ਅੰਬੀ ਦਾ ਬੂਟਾ ਗਾਇਆ, ਕਿਉਂਕਿ ਅੰਬੀ ਦੇ ਬੂਟੇ ਨੇ ਮੈਨੂੰ ਬਹੁਤ ਲੋਕਾਂ ਨੇ ਇੰਨੀ ਪ੍ਰਸ਼ੰਸਾ ਉਸ ਅੰਬੀ ਦੇ ਬੂਟੇ ਦੀ ਕੀਤੀ ਹੈ ਕਿ ਉਸੇ ਰਿਕਾਰਡਿੰਗ ਬਾਰ ਬਾਰ ਉਹਨਾਂ ਇੱਕ ਟੇਪ 'ਤੇ ਰਿਕਾਰਡ ਕਰਕੇ ਕਹਿੰਦੇ ਸਾਰਾ ਦਿਨ ਟੇਪ ਅਸੀਂ ਜਾਣੀ ਕਿ ਜਿਹੜੇ ਗੱਡੀਆਂ ਵਿੱਚ ਜਾਂਦੇ ਸਨ ਉਹਨਾਂ ਦਿਨਾਂ ਦੀ ਗੱਲ ਕਰ ਰਿਹਾ ਮੈਂ. ਇਹ ਜਿਹੜੀ ਚੀਜ਼ ਮੈਂ 78 ਦੇ ਵਿੱਚ ਰਿਲੀਜ਼ ਕੀਤੀ ਸੀ, 78 ਦੇ ਵਿੱਚ ਇਹਨੂੰ ਰਿਲੀਜ਼ ਕੀਤਾ. ਇੱਥੇ ਗਾਇਆ ਕੈਨੀਆ 'ਚ ਤਾਂ ਬਹੁਤ ਵਾਰ ਪਹਿਲਾਂ ਵੀ ਗਾਇਆ ਸੀ, ਲੇਕਿਨ ਇੱਥੇ ਆਣ ਕੇ ਇਸ ਨੂੰ ਮੈਂ ਰਿਲੀਜ਼ ਹੋਵਾਂ. ਕਿ ਜਦੋਂ ਆਪਣੇ ਗੁਜ਼ਰੇ ਨੇ ਪ੍ਰੋਫੈਸਰ ਮੋਹਨ ਸਿੰਘ ਹੋਰੀ, ਅਤੇ ਉਸ ਲਈ ਮੇਰੇ ਦਿਲ 'ਚ ਆਇਆ ਕਿ ਇੱਕ ਇੰਨੀ ਸੋਹਣੀ ਚੀਜ਼ ਉਹ ਲਿਖ ਗਏ ਨੇ ਸਾਹਿਤ ਦੀ, ਔਰ ਜਿਹਨੂੰ ਕਿ ਗਾਉਣਾ ਕਾਫੀ ਲੰਬੀ ਨਜ਼ਮ ਆ, ਉਹਦਾ ਮੈਂ ਇੱਕ ਵੀ ਉਹਦਾ ਮੈਂ ਸ਼ੇਰ ਜਾਣੇ ਵਿੱਚੋਂ ਮੈਂ ਛੱਡ ਨਹੀਂ ਸਕਿਆ ਇੱਕ ਵੀ ਲਾਈਨ ਉਸ ਦੀ, ਕਿਉਂਕਿ ਕਹਾਣੀ ਹੈ ਨਾ. ਹਾਂਜੀ, ਉਹ ਕਹਾਣੀ ਜਾਣੀ ਚੱਲਦੀ. ਔਰ ਆਮ ਤੌਰ ਹੁਣ ਮੈਂ ਜਦੋਂ ਪੰਜਾਬ ਜਾਂਦਾ ਤਾਂ ਮੈਨੂੰ ਜਿਹੜੇ ਕਾਲਜਾਂ ਦੇ ਲੜਕੇ ਲੜਕੀਆਂ ਉਹ ਬਹੁਤ ਪਿਆਰ ਨਾਲ ਮਿਲਦੇ ਨੇ, ਉਹ ਕਹਿੰਦੇ ਤੁਹਾਡਾ ਉਹ ਗੀਤ ਲਾ ਕੇ ਅਸੀਂ ਉਸ ਨੂੰ ਫਿਰ ਉਹ ਜੋ ਵੀ ਆ ਓਪਰਾ ਦੇ ਤੌਰ 'ਤੇ ਡਰਾਮਾ ਉਹ ਕਰਦੇ ਨੇ. ਹਾਂਜੀ, ਕੋਸਟਿਊਮ ਡਰਾਮਾ ਕਰਦੇ ਨੇ. ਅੱਛਾ, ਤੁਸੀਂ ਉਹਨਾਂ ਸੰਗੀਤਕਾਰਾਂ 'ਚੋਂ ਹੋ, ਬਹੁਤ ਘੱਟ ਸੰਗੀਤਕਾਰਾਂ 'ਚੋਂ ਜਿਨ੍ਹਾਂ ਨੇ ਸਾਹਿਤਕ ਗੀਤ ਗਾਏ. ਮਸਲਨ ਤੁਸੀਂ ਜਿਵੇਂ ਕਿਹਾ ਕਿ ਮੋਹਨ ਸਿੰਘ ਨੂੰ ਗਾਇਆ ਜੀ, ਜੀ ਤੁਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਗਾਇਆ, ਸੁਰਜੀਤ ਪਾਤਰ ਨੂੰ ਵੀ ਗਾਇਆ, ਮੇਰੇ ਵਰਗੇ ਤੁਹਾਨੂੰ ਗਾਇਆ, ਚਮਨ ਜੀ ਨੂੰ ਗਾਇਆ. ਔਰ ਇੱਕ ਚੀਜ਼ ਇਹ ਆ ਸਾਥੀ ਜੀ ਕਿ ਮੈਂ ਤੁਸੀਂ ਮੇਰੀ ਚੋਇਸ ਦੇਖੋਗੇ ਜ਼ਿੰਦਗੀ ਦੇ ਜਿੰਨੇ ਵੀ ਮੈਂ ਹੁਣ ਤਾਂ ਰਿਲੀਜ਼ ਕੀਤੀਆਂ ਨੇ, ਗਾਂ ਵੀ ਆਉਣਗੀਆਂ ਮੇਰੀ, ਹੁਣ ਵੈਰੀ ਸੂਨ ਮੈਂ ਕੁਛ ਨਾ ਕੁਛ ਰਿਲੀਜ਼ ਕਰਾਂਗਾ. ਔਰ ਤੁਸੀਂ ਦੇਖੋ ਕਿ ਮੇਰੀ ਚੋਇਸ ਔਫ ਪੋਇਟਰੀ ਜਿਹੜੀ ਨਾ, ਮੈਂ ਕਦੇ ਵੀ ਕੋਈ ਚੀਜ਼ ਉਹ ਨਹੀਂ ਗਾਉਂਦਾ ਜਿੰਨੀ ਦੇਰ ਮੇਰੇ ਦਿਲ ਨੂੰ ਨਾ ਲੱਗੇ. ਯਾਨੀ ਕੋਈ ਵੀ ਪੋਇਟਰੀ ਮੈਨੂੰ ਕਿੰਨਾ ਵੀ ਕਵੇ ਕੋਈ, ਲੇਕਿਨ ਮੈਂ ਉਸਨੂੰ ਜਿਹੜੀ ਦੇਰ ਤੁਸੀਂ ਪੋਇਟਰੀ ਪੜ੍ਹਦੇ ਹੋ, ਪੋਇਟਰੀ ਨਹੀਂ ਪੜ੍ਹਦੇ ਮੈਂ ਸਿਰਫ. ਹਾਂ ਬਿਲਕੁਲ. ਹੁਣ ਜਿਹੜਾ ਚਮਨ ਲਾਲ ਚਮਨ ਦੀ ਵੀ ਤੁਸੀਂ ਬੜੀ ਖੂਬਸੂਰਤੀ ਗਾਈ ਆ ਜੀ ਜੀ, ਉਹ ਕਿਨਾਰਿਆਂ ਦੇ ਨਾਲ. ਹਾਂਜੀ, ਉਹ ਜਿਹੜੀ ਉਹਨਾਂ ਦੀ ਚੀਜ਼ ਆ, ਉਹ ਸਭ ਤੋਂ ਪਹਿਲਾਂ ਜੇ ਕੋਈ ਰਿਕਾਰਡ ਕੀਤਾ ਚਮਨ ਜੀ ਦੀ ਕੋਈ ਚੀਜ਼ ਜ਼ਿੰਦਗੀ ਰਿਕਾਰਡ ਹੋਏਗੀ ਉਹ ਮੈਂ ਕੀਤੀ ਆ. ਔਰ ਉਹ ਕਿ ਸਿਤਾਰਿਆਂ ਦਾ ਮੇਲ ਜਿਹੜਾ, ਔਰ ਉਹ ਪੰਜਾਬ 'ਚ ਵੀ ਬੜਾ ਮਸ਼ਹੂਰ ਆ ਤੁਹਾਡਾ, ਜਿਹੜਾ ਹੱਸਦੇ ਹੱਸਦੇ ਇੱਕ ਦਿਨ ਡੰਡੀ ਟੁੱਟ ਜਾਂਦੀ
ਜਾਣਗੇ ਜਿਸ ਮਿੱਟੀ ਚ ਜਨਮੇ ਉਸੇ ਹਾਂ ਉਹ ਲੋਕਾਂ ਨੂੰ ਬੜਾ ਤੇ ਤੁਸੀਂ ਜੀ ਆ ਤੁਹਾਡੀ ਆਵਾਜ਼ ਨੇ ਉਸ ਗਜ਼ਲ ਨੂੰ ਚਾਰ ਚੰਨ ਲਗਾ ਦਿੱਤੇ ਚਲੋ ਸਾਥੀ ਜੀ ਤੁਸੀਂ ਤੁਹਾਡਾ ਬੜਾ ਸ਼ੁਕਰੀਆ ਇਹ ਆ ਕਿ ਤੁਸੀਂ ਜੇ ਮੈਨੂੰ ਪੁੱਛੋ ਕਿ ਵੀ ਮੇਰੇ ਮਹਿਬੂਬ ਰਾਈਟਰ ਜਾਂ ਸ਼ਾਇਰ ਕਿਹੜੇ ਨੇ ਤੁਸੀਂ ਇਹ ਸਮਝ ਲਓ ਮੇਰੀ ਸਾਰੀ ਐਲਬਮ ਦੇਖੋਗੇ ਜਿਸ ਵੀ ਸ਼ਾਇਰ ਨੂੰ ਮੈਂ ਗਾਇਆ ਸਮਝ ਲਓ ਮੇਰਾ ਮਹਿਬੂਬ ਸ਼ਾਇਰ ਹੈ ਉਸ ਨੂੰ ਮੈਂ ਜਾਣੀ ਕਿ ਮੈਂ ਕਦੇ ਵੀ ਉਸ ਸ਼ਾਇਰ ਨੂੰ ਨਹੀਂ ਗਾਵਾਂਗਾ ਜਿਹਦਾ ਜੋ ਮੇਰੇ ਦਿਲ 'ਤੇ ਉਸ ਦੀ ਜਾਣੀ ਕਿ ਅਸਰ ਨਹੀਂ ਹੁੰਦਾ ਹੈਗਾ ਅੱਛਾ ਤੁਸੀਂ ਬਰਕਤ ਮਹਾਕਵੀ ਬਰਕਤ ਨੂੰ ਵੀ ਗਾਇਆ ਜੀ ਜੀ ਔਰ ਬੜਾ ਖੂਬ ਗਾਇਆ ਜੀ ਉਹ ਬਿਸ਼ਨ ਸਿੰਘ ਪਾਸ਼ਕ ਨੂੰ ਵੀ ਹਾਂ ਬਿਸ਼ਨ ਸਿੰਘ ਪਾਸ਼ਕ ਹੋਰਾਂ ਨੂੰ ਮੈਂ ਬਹੁਤ ਗਾਇਆ ਉਹਨਾਂ ਦੀ ਰਿਕਾਰਡਿੰਗ ਜਿਹੜੀਆਂ ਨੇ ਨਾ ਮੈਂ ਰਿਲੀਜ਼ ਸਿਰਫ ਇੱਕ ਦੋ ਚੀਜ਼ਾਂ ਟੁੱਟੇ ਦਿਲ ਦੇ ਵਿੱਚ ਮੈਂ ਕੀਤੀਆਂ ਕੈਸਟ ਦੇ ਵਿੱਚ ਜੋਸ਼ ਨੇ ਜਿਹੜਾ ਲਿਖਿਆ ਨਹੀਂ ਉਹ ਹਾਂ ਟੁੱਟੇ ਦਿਲ ਨਹੀਂ ਜੁੜਦੇ ਵੇਖੀ ਲੇਕਿਨ ਉਸੇ ਕੈਸਟ ਦੇ ਵਿੱਚ ਦੋ ਚੀਜ਼ਾਂ ਹੈਗੀਆਂ ਨੇ ਬਿਸ਼ਨ ਸਿੰਘ ਪਾਸ਼ਕ ਹੋਰਾਂ ਦੀਆਂ ਵੀ ਜਿਹੜੀਆਂ ਗੱਲਾਂ ਰੱਬ ਦੀਆਂ ਰੱਬ ਜਾਣੇ ਤੇ ਸੋ ਬਿਸ਼ਨ ਸਿੰਘ ਪਾਸ਼ਕ ਹੋਰਾਂ ਨੂੰ ਮੈਂ ਬਹੁਤ ਗਾਇਆ ਹੈਗਾ ਔਰ ਸਾਥੀ ਆਪਣੇ ਦੂਸਰੇ ਪ੍ਰਕਾਸ਼ ਸਾਥੀ ਹੋਰਾਂ ਨੂੰ ਮੈਂ ਬਹੁਤ ਪਿਆਰ ਨਾਲ ਗਾਇਆ ਤੁਸੀਂ ਦੇਖੋ ਕਿ ਕੈਨੀਆ ਵਿੱਚ ਮੈਂ ਉਹ ਗਜ਼ਲ ਜਿਹੜੀ ਪਹਿਲਾਂ ਗਾ ਚੁੱਕਾ ਸਾਂ ਜਾਣੀ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਜਦੋਂ ਫਿਰ ਬਾਰਾਸਰ ਸਿੰਘ ਹੋਰਾਂ ਨੇ ਉਹਨਾਂ ਦੀ ਚੀਜ਼ ਬਾਅਦ ਚਾਹੀ ਔਰ ਇਹ ਜਿਹੜੀ ਚੀਜ਼ ਲੇਕਿਨ ਉਸ ਤਰਜ਼ 'ਤੇ ਨਹੀਂ ਮੇਰੀ ਆਪਣੀ ਤਰਜ਼ ਸੀ ਜਿਹਦੀ ਕਿ ਹਾਲੇ ਤਾਂ ਰਿਕਾਰਡਿੰਗ ਮੇਰੇ ਪਾਸ ਪਈ ਹੈ ਔਰ ਉਹਨੂੰ ਹੋ ਸਕਦਾ ਕਿ ਕਦੇ ਤੁਹਾਨੂੰ ਇੱਦਾਂ ਵੀ ਮਹਿਸੂਸ ਹੁੰਦਾ ਕਿ ਜਿਹੜੇ ਸਾਹਿਤਕ ਗੀਤ ਹੈ ਗਾਉਣੇ ਜਿਹੜੇ ਇਹ ਕਮਰਸ਼ੀਅਲੀ ਵਾਇਬਲ ਨਹੀਂ ਮੇਰਾ ਖਿਆਲ ਆ ਜਿੰਨਾ ਰੈਕੋਰਡ ਮੇਰਾ ਜਿਹੜਾ ਪਹਿਲਾਂ 78 ਦੇ ਵਿੱਚ ਜਾਣੀ ਉਹ ਰਿਲੀਜ਼ ਹੋਇਆ ਜਿਹੜਾ ਪੰਜਾਬੀ ਗੀਤਾਂ ਜਿਹਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਜਿਸ 'ਚ ਅੰਬੀ ਦਾ ਬੂਟਾ ਗਾਇਆ ਔਰ ਉਹ ਰੈਕੋਰਡ ਇੰਨਾ ਅੱਛੀ ਤਰ੍ਹਾਂ ਬਹੁਤ ਲੋਕਾਂ ਨੇ ਪਸੰਦ ਕੀਤਾ ਔਰ ਉਹਦੀ ਕਾਫੀ ਜਾਣੀ ਕਿ ਲੋਕ ਉਸ ਵੇਲੇ ਦੇ ਹਿਸਾਬ ਦੇ ਨਾਲ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਹੈਗਾ ਉਹ ਕੁਛ ਬਿਲਕੁਲ ਵੱਖਰਾ ਹੈਗਾ ਉਸ ਬਾਰੇ ਮੈਂ ਕੋਈ ਜ਼ਿਆਦਾ ਨਾ ਮੈਂ ਉਸ ਬੰਨੇ ਗਿਆ ਹੈਗਾ ਨਾ ਮੈਂ ਜ਼ਿਆਦਾ ਜ਼ਿਕਰ ਕਰਨਾ ਚਾਹੁੰਦਾ ਉਸ ਬਾਰੇ ਤੇ ਬਾਕੀ ਉਹ ਆ ਕਿ ਇੱਕ ਗੱਲ ਤਾਂ ਤੁਸੀਂ ਕਹੋਗੇ ਨਾ ਕਿ ਅੱਜ ਕੱਲ੍ਹ ਉਹਨਾਂ ਗੀਤਾਂ ਦੀ ਬੜੀ ਘਾਟ ਹੈ ਜਿਹੜੇ ਤੁਸੀਂ ਬਹਿ ਕੇ ਸਸਤਾ ਕੇ ਹਾਂਜੀ ਹੱਥ ਵਿੱਚ ਪੈਮਾਨਾ ਲੈ ਕੇ ਨਹੀਂ ਸੁਣ ਸਕੋ ਬਸ ਉਹੀ ਗੱਲ ਹੈ ਨਾ ਇਸ ਵੇਲੇ ਹੁਣ ਮੈਂ ਇੰਡੀਆ ਜਦ ਜਾਣਾ ਕਿਉਂਕਿ ਜਿਹੜਾ ਭੰਗੜਾ ਹੈ ਨਾ ਉਹ ਆਪਣੀ ਉਹਦੀ ਥਾਂ ਆ ਬੜੀ ਯਾਦਯੋਗ ਥਾਂ ਹੈਗੀ ਆ ਕੁਛ ਗਰੁੱਪਾਂ ਨੇ ਇੱਥੇ ਜਿੱਦਾਂ ਅਲਾਪ ਗਰੁੱਪ ਹੈਗਾ ਪ੍ਰੇਮੀ ਗਰੁੱਪ ਹੈ ਹੰਸਰਾਜ ਹੰਸ ਹੈ ਗੁਰਦਾਸ ਮਾਨ ਉਹਨਾਂ ਦੀ ਆਪਣੀ ਆਪਣੀ ਉਹਨਾਂ ਦਾ ਹਰ ਇੱਕ ਦੀ ਆਪਣਾ ਆਪਣੀ ਜਗ੍ਹਾ ਹੈਗੀ ਆ ਲੇਕਿਨ ਇਹ ਆ ਕਿ ਮੈਂ ਖੁਸ਼ੀ ਦੀ ਗੱਲ ਇਹ ਹੋਈ ਆ ਕਿ ਉਹਨਾਂ ਗਰੁੱਪਾਂ ਵਿੱਚੋਂ ਵੀ ਜਾਣੀ ਕਈ ਸਾਰੇ ਸਿੰਗਰ ਜਿਹੜੇ ਨੇ ਉਹ ਵਾਪਸ ਅੱਛੀ ਪੋਇਟਰੀ ਵੱਲੋਂ ਆ ਰਹੇ ਨੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਔਰ ਲੇਕਿਨ ਮੈਂ ਚੰਨੀ ਹੈ ਚੰਨੀ ਨੇ ਨਾ ਉਹ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਵੀ ਗਾਏ ਜੀ ਜੀ ਹਾਂਜੀ ਇੱਕ ਮੇਰੇ ਲਿਖੇ ਵੀ ਗਾਏ ਹਾਂਜੀ ਨਹੀਂ ਬੜਾ ਮਤਲਬ ਕਿ ਇਹ ਗੱਲਾਂ ਦੇਖ ਕੇ ਮੇਰੇ ਦਿਲ ਬਹੁਤ ਖੁਸ਼ ਹੁੰਦਾ ਮੈਨੂੰ ਲੋਕਾਂ ਨੇ ਬੜਾ ਜ਼ੋਰ ਲਾਇਆ ਜਦੋਂ ਜਾਣੀ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦਿਨਾਂ 'ਚ ਕੋਈ ਗਰੁੱਪ ਆਏ ਨਹੀਂ ਸਨ ਜਦੋਂ ਦੀ ਮੈਂ ਜਾਣੀ ਆਪਣੇ ਰੈਕੋਰਡ ਮੈਂ ਰਿਲੀਜ਼ ਕੀਤੇ ਆ ਗਰੁੱਪ ਆਏ ਨੇ 80 ਤੋਂ ਬਾਅਦ ਔਰ ਇਸ ਤੋਂ ਜਾਣੀ ਲੋਕਾਂ ਨੇ ਮੈਨੂੰ ਫਿਰ ਪੁੱਛਣਾ ਸ਼ੁਰੂ ਕੀਤਾ ਕਿ ਵੀ ਤੁਸੀਂ ਕਿਉਂ ਨਹੀਂ ਗਰੁੱਪ ਬਣਾਉਂਦੇ ਕਿਉਂ ਨਹੀਂ ਇਹ ਨਹੀਂ ਕਿ ਮੈਂ ਕੋਈ ਗਾ ਨਹੀਂ ਸਕਦਾ ਜੋ ਕਿ ਜੇ ਗਰੁੱਪ ਗਾ ਰਹੇ ਨੇ ਲੇਕਿਨ ਮੇਰਾ ਬਸ ਮੈਂ ਆਪਣੀ ਆਈਡੈਂਟੀ ਆਪਣੀ ਰੱਖਣਾ ਚਾਹੁੰਦਾ ਸੀ ਤੁਹਾਡਾ ਆਪਣਾ ਸਟਾਈਲ ਮੇਰਾ ਆਪਣਾ ਜੋ ਵੀ ਮੈਂ ਆਪਣਾ ਜਿਹੜਾ ਸਟਾਈਲ ਹੈ ਤੁਸੀਂ ਇੱਕ ਗੱਲੋਂ ਦੇਖੋ ਕਿ ਉਹ ਫਿਲਮ ਦੋਸ਼ਕਾਰੀ ਵਿੱਚ ਗੀਤ ਸੀਗਾ ਚਿੱਤਰਗੁਪਤ ਸਾਹਿਬ ਜਾਣੀ ਬੜੇ ਅੱਛੇ ਚੱਲ ਉੱਡ ਜਾ ਰਹੇ ਪੰਛੀ ਕਿਆ ਵੀ ਦੇਸ ਹੋਵੇ ਗਾਣਾ ਉਹ ਵੀ ਉਹਨਾਂ ਦੀ ਰਚਨਾ ਹੈਗੀ ਆ ਔਰ ਉਹਨਾਂ ਨੇ ਇੱਕ ਗੀਤ ਸੀਗਾ ਜਿਹੜਾ ਕਿ ਮੈਨੂੰ ਕਿਹਾ ਕਿ ਤੂੰ ਦੀਦਾਰ ਵੀ ਗੀਤ ਗਾ ਲਾ ਉਹਨਾਂ ਦਿਨਾਂ ਵਿੱਚ ਆ ਜਾ ਗੋਰੀ ਦਿਲ ਮੇ ਰੱਖ ਲੈ ਤੁਝੇ ਕਿਉਂ ਨਾ ਚੋਰੀ ਚੋਰੀ ਚੱਖ ਲੈ ਤੁਝੇ ਉਹ ਕੁਛ ਉਹੋ ਜਿਹਾ ਗੀਤ ਸੀਗਾ ਜਿਹੜਾ ਕਿ ਉਹ ਮੁਰਗੀ ਦੇ ਮਗਰ ਭੱਜੇ ਫਿਰਦੇ ਆ ਉਹਨਾਂ ਦਿਖਾਲਣਾ ਸੀ ਜਾਣੀ ਫਿਲਮ ਦੇ ਵਿੱਚ ਅਤੇ ਮੈਂ ਉਹਨਾਂ ਨੂੰ ਨਾ ਕਰਦੀ ਕਿ ਇਹ ਗੀਤ ਮੈਂ ਨਹੀਂ ਗਾਉਣਾ ਚਾਹੁੰਦਾ ਕਿਉਂਕਿ ਇਟਸ ਨੋਟ ਮਾਈ ਟਾਈਪ ਆਫ ਸੌਂਗ ਆਈ ਡੋਂਟ ਵਾਂਟ ਨਹੀਂ ਤਾਂ ਕੋਈ ਵੀ ਜਾਣੀ ਰਿਫਿਊਜ਼ ਨਹੀਂ ਕਰੇਗਾ ਗਾਣਾ ਤੇ ਉਹ ਫਿਰ ਗਾਣਾ ਉਹਨਾਂ ਨੇ ਕਿਸ਼ੋਰ ਕੁਮਾਰ ਤੋਂ ਗਵਾਇਆ ਉਸ ਵੇਲੇ ਉਹ ਮੈਂ ਕਿਸ਼ੋਰ ਕੁਮਾਰ ਵਾਲਾ ਗਾਣਾ ਸੁਣਿਆ ਸੀ ਤੁਹਾਡੇ ਘਰ ਹਾਂਜੀ ਖੈਰ ਉਹ ਮਤਲਬ ਤੁਹਾਡਾ ਜਿਹੜਾ ਸਟੈਂਡ ਹੈ ਇਹੀ ਤੁਹਾਡੀ ਸ਼ਨਾਖਤ ਹੈ ਇਹ ਤੁਹਾਡਾ ਵਿਅਕਤੀਤਵ ਹੈ ਤੁਹਾਡੀ ਆਈਡੈਂਟੀ ਇਹੀ ਹੈ ਕਿ ਦੀਦਾਰ ਸਿੰਘ ਪਰਦੇਸੀ ਦੀਦਾਰ ਸਿੰਘ ਪਰਦੇਸੀ ਹੋਰ ਇਸ ਸਟਾਈਲ ਦੇ ਗੀਤ ਜੋ ਮੇਰਾ ਮਨ ਨਾ ਮੰਨੇ ਮੈਂ ਉਸਨੂੰ ਨਹੀਂ ਗਾਵਾਂਗਾ ਮੇਰਾ ਜਿਸ ਗੱਲ ਨੂੰ ਦਿਲ ਨਾ ਕਰੇ ਅੱਛਾ ਤੁਹਾਡਾ ਬਹੁਤ ਹੀ ਮਸ਼ਹੂਰ ਜਿਹੜਾ ਗੀਤ ਹੋਇਆ ਉਹ ਹੋਇਆ ਸਲਮਾ ਦਾ ਇਹਦੀ ਉਰਦੂ ਦਾ ਸਲਮਾ ਜਿਹੜਾ ਗੀਤ ਹੈ ਸਲਮਾ ਦਾ ਜ਼ਿਕਰ ਤੁਸੀਂ ਅੱਜ ਜ਼ਰੂਰ ਕਰਨਾ ਹੈ ਨਾ ਜੇ ਤੁਸੀਂ ਸਲਮਾ ਗਾਉਂਦੇ ਹੋ ਨਾ ਹਾਂਜੀ ਔਰ ਤੁਹਾਡੀਆਂ ਅੱਖਾਂ ਵਿੱਚ ਜਿਹੜੀ ਚਮਕ ਹੁੰਦੀ ਹੈ ਨਾ ਉਹ ਸੱਚੇ ਆਸ਼ਕਾਂ ਵਾਲੀ ਚਮਕ ਹੁੰਦੀ ਹੈ ਚੱਕਰ ਕੀ ਹੈ ਸਾਥੀ ਜੀ ਇਹ ਸਵਾਲ ਮੈਨੂੰ ਇਹ ਸਵਾਲ ਮੈਨੂੰ ਹਰ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਕਿ ਸਲਮਾ ਕੌਣ ਸੀ ਜਿਸ ਬਾਰੇ ਕਿ ਮੈਂ ਜਾਣੀ ਕੋਈ ਉਹਦਾ ਜਵਾਬ ਨਹੀਂ ਦੇ ਸਕਦਾ ਨਹੀਂ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਸਲਮਾ ਇੱਕ ਮੇਰੀ ਜ਼ਿੰਦਗੀ ਦੇ ਵਿੱਚ ਜਾਣੀ ਸਮਝ ਲਓ ਕੋਈ ਇੱਕ ਪੈਕਰ ਇੱਕ ਬਹੁਤ ਹੀ ਹਸੀਨ ਪੈਕਰ ਗੁਜ਼ਰ ਗਈ ਹੈ
ਜਿਹੜੀ ਕਿ ਮੈਨੂੰ ਉਹਦੀ ਸ਼ਕਲ ਸਾਰੇ ਆਸਮਾਨ ਦੇ ਵਿੱਚ ਮੈਂ ਜਾਣੀ ਦੇਖਾਂ ਤਾਂ ਇੱਦਾਂ ਨਜ਼ਰ ਆਉਂਦੀ ਆ, ਦਿਲ ਚਾਹੁੰਦਾ ਕਿ ਮੈਂ ਉਸਨੂੰ ਕੋਈ ਤੁਹਾਡੇ ਤਖੀਲ ਚ ਮੇਰੇ ਐਨ ਤੁਹਾਡੇ ਤਸੱਵਰ ਚ ਮੇਰੇ ਤਸੱਵਰ ਚ ਯਥਾਰਥ ਵਿੱਚ ਹੈ, ਹੋਰ ਕੋਈ ਐਸੀ ਉਹ ਖੈਰ ਸੱਚ ਨਾ ਬੁਲਾਓ ਮੇਰੇ ਤੋਂ, ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡਦੇ ਮੋਢਾ ਦੇਣ ਲਈ, ਚਲੋ ਠੀਕ ਆ, ਮੰਨ ਲਈ ਤੁਹਾਡੀ ਗੱਲ, ਉਸ ਪਾਤਰ ਦੇ ਕਹਿਣ ਅੰਗ ਸਾਨੂੰ ਜਵਾਬ ਮਿਲ ਗਿਆ, ਚਾਰ ਕੁ ਬੰਦੇ ਰਹਿਣ ਦੇ ਤਾਂ ਠੀਕ ਆ। ਅੱਛਾ, ਇੱਕ ਤਾਂ ਇਹ ਹੁਣ ਦੂਜੇ ਪਾਸੇ ਆਈਏ ਜੀ, ਕਿਉਂਕਿ ਸਾਡੀ ਜਿਹੜੀ ਔਲਾਦ ਹੈ, ਸਾਡੇ ਜਿਹੜੇ ਬੱਚੇ ਆ, ਇਹਨਾਂ ਦੀ ਵੀ ਅੱਗੇ ਵਧਣਾ ਔਰ ਸਾਡੀ ਇੱਛਾ ਵੀ ਹੈ, ਤਮੰਨਾ ਵੀ ਹੈ। ਹਾਂਜੀ, ਅਤੇ ਤੁਹਾਡਾ ਬੇਟਾ ਰਾਜੂ ਬਹੁਤ ਅੱਛਾ ਮਿਊਜ਼ਿਕ ਕੰਪੋਜ਼ ਕਰਦਾ, ਇੱਕ ਪਿੱਛੇ ਜਿਹਾ ਤੁਸੀਂ ਮਾਸਟਰ ਬਣਾਈ ਰੱਖੀ ਆ ਉਹਦੇ, ਕੁਛ ਚੀਜ਼ਾਂ ਤੁਸੀਂ ਮੈਨੂੰ ਵੀ ਦਿੱਤੀਆਂ ਜਾਣ ਵਾਸਤੇ ਰੇਡੀਓ 'ਤੇ, ਅਤੇ ਉਹ ਬਹੁਤ ਖੂਬਸੂਰਤ ਮਿਊਜ਼ਿਕ ਕ੍ਰੀਏਟ ਕਰਦਾ, ਉਹਦੀ ਆਵਾਜ਼ ਵੀ ਸੁਣੀ ਆ, ਆਵਾਜ਼ ਵੀ ਬੜੀ ਖੂਬਸੂਰਤ ਆ। ਇਸੇ ਤਰ੍ਹਾਂ ਤੁਹਾਡੀ ਬੇਟੀ ਪਿੰਕੀ ਜੀ, ਉਹਦੀ ਵੀ ਆਵਾਜ਼ ਬੜੀ ਅੱਛੀ ਆ, ਉਹਨਾਂ ਦੇ ਜਿਹੜਾ ਮੁਸਤਕਬਿਲਾ ਭਵਿੱਖ ਹੈ ਸੰਗੀਤ ਦਾ, ਉਹ ਕਿਹੋ ਜਿਹਾ ਹੈਗਾ, ਕੀ ਕਰਨਾ ਚਾਹੁੰਦੇ ਤੁਸੀਂ? ਬਸ ਹੁਣ ਮੈਂ ਸਾਥੀ ਜੀ ਜ਼ਿਆਦਾ ਉਹਨਾਂ 'ਤੇ ਕੰਸਨਟ੍ਰੇਸ਼ਨ ਮੇਰੀ ਉਹਨਾਂ ਦੋਵਾਂ 'ਤੇ ਆ, ਔਰ ਰਾਜੂ ਦੀ ਆਵਾਜ਼ ਦੇ ਵਿੱਚ ਵੀ ਬਹੁਤ ਜਲਦੀ ਮੈਂ ਇੱਕ ਦੋ ਗੀਤ ਮੈਂ ਇੱਕ ਤਾਂ ਕਰ ਲਿਆ ਹੈਗਾ ਆਲਰੇਡੀ ਰਿਕਾਰਡ, ਉਹ ਫਿਰ ਤੁਹਾਨੂੰ ਕਿਧਰੇ ਬੈਠਾਂਗੇ ਤਾਂ ਸੁਣਾਵਾਂਗੇ। ਔਰ ਪਿੰਕੀ ਦੇ ਦੋ ਗੀਤ ਹੋ ਚੁੱਕੇ ਨੇ ਰਿਕਾਰਡ, ਔਰ ਮੇਰੀਆਂ ਗਜ਼ਲਾਂ ਹੋ ਚੁੱਕੀਆਂ, ਜਿਹੜੀ ਅਗਲੀ ਸੀਡੀ, ਇੱਕ ਦੋ ਸੀਡੀਆਂ ਮੈਂ ਆਈ ਵਰਕਿੰਗ ਔਨ ਦੈਮ, ਔਰ ਬਹੁਤ ਜਲਦੀ ਮੇਰੇ ਸੁਣਨ ਵਾਲੇ ਉਹਨਾਂ ਸੀਡੀਆਂ ਦਾ ਇੰਤਜ਼ਾਰ ਕਰਨ। ਹੁਣ ਸੀਡੀ ਬਣਾ ਗਏ, ਮੇਰੀ ਪਹਿਲੀਆਂ ਸੀਡੀਜ਼ ਹੋਣਗੀਆਂ ਜੇ ਕੋਈ ਜ਼ਿੰਦਗੀ ਵਿੱਚ ਮੈਂ ਕੋਈ ਬਣਾਵਾਂਗਾ। ਨਹੀਂ, ਜ਼ਰੂਰ ਬਣਾਓ ਤੁਹਾਨੂੰ, ਬਲਕਿ ਨਾ ਤੁਹਾਡੇ ਕੁਆਲੀਟੇਟਿਵਲੀ ਜੀ, ਤੁਸੀਂ ਬਹੁਤ ਖੂਬ ਗਾਇਆ, ਬਹੁਤ ਅੱਛਾ ਗਾਇਆ, ਕੁਆਲੀਟੇਟਿਵਲੀ ਜੀ, ਤੁਸੀਂ ਬਹੁਤ ਖੂਬ ਗਾਇਆ, ਬਹੁਤ ਅੱਛਾ ਗਾਇਆ, ਕੁਆਂਟੀਟੇਟਿਵਲੀ ਨਾ ਤੁਸੀਂ? ਹਾਂਜੀ, ਕੁਆਂਟੀਟੀ ਮੈਨੂੰ ਬਸ ਇਹੋ ਹੀ ਸਮਝ ਲਓ, ਲੋਕਾਂ ਨੂੰ ਇਹੋ ਹੀ ਜ਼ਿਕਰ ਰਹਿੰਦਾ ਕਿ ਬਈ ਤੂੰ ਪਤਾ ਨਹੀਂ ਪ੍ਰੋਮਿਸ ਕਰਦੇ ਰਹਿੰਦੇ ਤੁਸੀਂ ਰਿਲੀਜ਼ ਕਰਦੇ ਨਹੀਂ ਮੈਨੂੰ ਕੋਈ। ਹੁਣ 10-11 ਸਾਲ ਤੋਂ ਬਾਅਦ ਇੱਕ ਉਹ ਪਿਆਸੀਆਂ ਰੂਹਾਂ ਰਿਲੀਜ਼ ਕੀਤਾ ਸੀ, ਅਤੇ ਹੁਣ 10-11 ਸਾਲ ਹੋ ਗਏ ਮੇਰਾ ਖਿਆਲ, ਹਸਰਤੇ ਵੀ ਰਿਲੀਜ਼ ਕੀਤੀ ਸੀ, ਅਤੇ ਲੇਕਿਨ ਹੁਣ ਕਰਾਂਗਾ ਜਿਹੜੀ ਅਗਲੀ ਮੇਰੀ ਸੀ ਡੀ ਹੋਏਗੀ, ਉਹਦਾ ਨਾਮ ਮੈਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਬੇਕਰਾਰੀ, ਔਰ ਜਿਹਦੇ ਵਿੱਚ ਕਿ ਪਾਤਰ ਸਾਹਿਬ ਦੀਆਂ ਗਜ਼ਲਾਂ ਨੇ ਔਰ ਗੁਰਦਾਸ ਸਿੰਘ ਪਰਮਾਰ ਦੀਆਂ ਦੋ ਗਜ਼ਲਾਂ ਨੇ, ਅਤੇ ਆਪਣੇ ਹੋਰ ਕੁਛ ਸ਼ਾਇਰਾਂ ਦੀ, ਔਰ ਸ਼ਾਇਦ ਇੱਕ ਗਜ਼ਲ ਮੈਂ ਕੋਸ਼ਿਸ਼ ਕਰ ਰਿਹਾ ਤੁਹਾਡੀ ਵੀ ਸ਼ਾਇਦ ਮੈਂ ਉਸਦੇ ਵਿੱਚ ਮੈਂ ਪਾ ਦਿਆਂ, ਉਹ ਮੈਨੂੰ ਬਹੁਤ ਹੀ ਪਿਆਰੀ ਗਜ਼ਲ ਲੱਗਦੀ ਹੈ ਕਿ ਸ਼ੀਸ਼ੇ ਦੀਆਂ ਦੀਵਾਰਾਂ ਦੇ ਵਿੱਚ ਬੈਠੇ ਹਾਂ, ਸਿੱਧੀਆਂ ਜਗਦੀਆਂ ਮਾਰਾਂ ਦੇ ਵਿੱਚ ਬੈਠੇ, ਗੁਣਗੁਣਾ ਕੇ ਜ਼ਰਾ ਕਰੋ। ਸ਼ੀਸ਼ੇ ਦੀਆਂ ਦੀਵਾਰਾਂ ਦੇ ਵਿੱਚ ਬੈਠੇ ਹਾਂ, ਸਿੱਧੀਆਂ ਜਗਦੀਆਂ ਮਾਰਾਂ ਦੇ ਵਿੱਚ ਬੈਠੇ ਹਾਂ, ਸ਼ੀਸ਼ੇ ਦੀਆਂ ਦੀਵਾਰਾਂ ਦੇ ਵਿੱਚ ਬੈਠੇ ਹਾਂ, ਸਿੱਧੀਆਂ ਜਗਦੀਆਂ ਮਾਰਾਂ ਦੇ ਵਿੱਚ ਬੈਠੇ ਹਾਂ, ਔਰ ਇੱਦਾਂ ਲੱਗਦਾ ਮੈਨੂੰ ਕਿ ਅਸੀਂ ਸ਼ੀਸ਼ੇ ਦੀਆਂ ਦੀਵਾਰਾਂ ਵਿੱਚ ਹੀ ਬੈਠੇ ਹਾਂ, ਪਤਾ ਨਹੀਂ ਕਿਹੜੇ ਵੇਲੇ ਕਿਧਰੋਂ ਪੱਥਰ ਪੈਣੇ ਸ਼ੁਰੂ ਹੋ ਜਾਣ। ਠੀਕ ਆ, ਜਿਸ ਕਿਸਮ ਦੇ ਹਾਲਾਤ ਇਸ ਦੇਸ਼ ਵਿੱਚ, ਕਈ ਵਾਰੀ ਖਾਸ ਕਰਕੇ ਜਿਹੜੇ ਤੁਹਾਡੇ ਵਰਗੇ ਦੋਸਤ ਕੀਨੀਆ ਔਰ ਜਗਾਂਡਾ ਤੋਂ ਆਏ ਆ, ਔਰ ਜਗਾਂਡਾ ਦੇ ਵਿੱਚ ਦੇਖ ਲਓ ਲੋਕਾਂ ਦੇ ਨਾਲ ਕੀ ਹਾਲ, ਬਹੁਤ ਬਹੁਤ ਬੁਰੇ, ਔਰ ਕੀਨੀਆ ਦੇ ਵਿੱਚ ਵੀ ਜਿਹੜੇ ਹਾਲਾਤ ਆ ਇੰਨੇ ਚੰਗੇ ਨਹੀਂ ਹੈਗੇ ਅੱਜ ਕੱਲ੍ਹ, ਇਸ ਕਰਕੇ ਇਹ ਸ਼ੇਅਰ ਜਿਹਦੀ ਤੁਹਾਡੇ, ਕਿਉਂਕਿ ਹਰ ਪੜ੍ਹਨ ਵਾਲੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੁੰਦੀ ਹੈ, ਬਿਲਕੁਲ, ਜਿਸਲੇ ਮੈਂ ਲਿਖਿਆ ਸੀ ਮੇਰੀ ਇੰਟਰਪ੍ਰੀਟੇਸ਼ਨ ਹੋਰ ਤਰ੍ਹਾਂ ਦੀ ਹੋਏਗੀ, ਜੇ ਤੁਸੀਂ ਗਾਇਆ ਤੁਹਾਡੀ ਹੋਰ ਕਿਸਮ ਦੀ ਇੰਟਰਪ੍ਰੀਟੇਸ਼ਨ ਹੋਏਗੀ, ਅਤੇ ਹੋਰ ਨਵਾਂ ਤੁਸੀਂ ਕੀ ਕਰ ਰਹੇ ਹੋ? ਨਵਾਂ ਬਸ ਇਹੀ ਹੁਣ ਜ਼ਿਆਦਾ ਕੰਸਨਟ੍ਰੇਸ਼ਨ ਮੈਨੂੰ ਰਾਜੂ ਨੂੰ, ਮੈਂ ਚਾਹੁੰਦਾ ਮੇਰੇ ਬੇਟੇ ਨੂੰ ਕਿ ਉਹ ਆਪਣਾ ਰਿਆਜ਼ ਸ਼ੁਰੂ ਕਰੇ, ਜਾਣੀ ਗਾਇਕੀ ਦਾ ਖਾਸ ਤੌਰ 'ਤੇ, ਮਿਊਜ਼ਿਕ ਤਾਂ ਸਾਰਾ ਉਹ ਕਰ ਰਿਹਾ ਹੈਗਾ, ਅਤੇ ਪਿੰਕੀ ਤੋਂ ਕੁਛ ਗਵਾਂਗਾ, ਆਪਣੀ ਵੱਡੀ ਮੇਰੀ ਲੜਕੀ ਸੋਨੋ ਆ, ਉਸਨੂੰ ਵੀ ਮੈਂ ਕਿਹਾ ਕਿ ਤੂੰ ਕੁਛ ਨਾ ਕੁਛ, ਉਹਦਾ ਹੀ ਆਵਾਜ਼ ਬੜੀ ਅੱਛੀ ਹੈ, ਪਰ ਉਹ ਬਸ ਕਈ ਵਾਰੀ ਸੰਗ ਵਿੱਚ ਰਹਿ ਜਾਂਦੇ ਨੇ ਬੱਚੇ, ਮੈਂ ਵੀ ਉਹ ਕਈ ਵਾਰੀ ਸੋਚਦਾ ਕਿ ਅਸੀਂ ਸੰਗ ਦੇ ਰਹਿ ਜਾਂਦੇ ਬਚਪਨ ਦੇ ਵਿੱਚ, ਤਾਂ ਸਾਨੂੰ ਕਿਸ ਨੇ ਜਾਣਾ ਸੀ, ਹੁਣ ਐਜ਼ ਏ ਪੀਪਲ ਦੇ ਨੋ ਵੀ ਮੋਰ, ਜਾਣੀ ਕਿ ਐਜ਼ ਏ ਸਿੰਗਰ ਦੇ ਤੌਰ 'ਤੇ ਜ਼ਿਆਦਾ ਦੁਨੀਆ ਜਾਣਦੀ ਆ, ਲੇਕਿਨ ਜੇ ਟੀਚਰ ਹੁੰਦਾ ਤਾਂ ਮੈਨੂੰ ਕੋਈ ਕਿਸੇ ਨੇ ਕੀ ਪੁੱਛਣਾ ਸੀ। ਹਾਂਜੀ, ਬਿਲਕੁਲ, ਤੇ ਤੁਸੀਂ ਅੱਜ ਕੱਲ੍ਹ ਰਿਟਾਇਰ ਹੋ ਕੇ ਇੰਡੀਆ ਵੀ ਬੜਾ ਜਾਂਦੇ ਹੋ, ਤੁਸੀਂ ਮਹਿਫਲਾਂ ਵੀ ਬੜੀਆਂ ਲਗਾਉਂਦੇ ਹੋ, ਔਰ ਸਾਨੂੰ ਅਖਬਾਰਾਂ ਰਾਹੀਂ ਨਾ ਪਤਾ ਲੱਗਦਾ ਰਹਿੰਦਾ ਇੰਡੀਆ ਦੀ। ਤੁਸੀਂ ਹੁਣ ਰੀਸੈਂਟਲੀ ਗਏ ਸੀ ਤਾਂ ਤੁਸੀਂ ਮੇਰੇ ਖਿਆਲ 'ਚ ਕਪੂਰਥਲੇ ਤੁਸੀਂ ਕੁਛ ਸਮਾਗਮ? ਹਾਂਜੀ, ਕਪੂਰਥਲੇ ਵੀ, ਫਿਰ ਮੈਨੂੰ ਆਪਣੇ ਸ਼ਿਵ ਕੁਮਾਰ ਬਟਾਲਵੀ ਅਵਾਰਡ ਮੈਨੂੰ ਦਿੱਤਾ ਗਿਆ, ਆਪਣੇ ਪ੍ਰਤਾਪ ਬਾਗ ਹੈਗਾ ਬਹੁਤ ਵੱਡੇ ਹਜੂਮ ਦੇ ਵਿੱਚ, ਮੈਨੂੰ ਫਿਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਅਵਾਰਡ ਦਿੱਤਾ, ਹਰ ਸਾਲ ਉਹ ਕਰਦੇ ਨੇ, ਤੋ ਗੀਤ ਸਿਰਫ ਉਹਨਾਂ ਦਾ ਜਿਹੜਾ ਮੈਂ ਗਾਇਆ ਸੀ ਕਰਕੇ, ਔਰ ਫਿਰ ਆਪਣਾ ਮੋਹਨ ਸਿੰਘ ਮੇਲੇ ਦੇ ਉੱਤੇ ਮੈਨੂੰ ਫਿਰ ਉਹਨਾਂ ਨੇ ਅੰਬੇ ਦਾ ਅੰਬੇ ਦੇ